ਹਾਂਜੀ ਮਿੱਤਰੋ, ਵੈਲਕਮ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਦਿਨ ਦੂਸਰਾ ਵਾ, ਬ੍ਰਾਂਡ ਤੋਂ ਆਪਾਂ ਚੱਲ ਪਏ ਹਾਂ। ਬ੍ਰਾਂਡ ਜਿਹੜਾ ਡਰੈਕੁਲਾ ਹੈ ਨਾ, ਜਿੱਥੇ ਮੋਸਟਲੀ ਮੈਂ ਦੇਖਿਆ ਵਾ, ਅਤੇ ਮੇਰਾ ਕੋਈ ਡਾਊ ਵੀ ਨਹੀਂ ਸੀ ਵੀ ਦੇਖਣਾ, ਜਿਹੜੀ ਚੀਜ਼ ਮੈਂ ਦੇਖਣੀ ਆ, ਅਤੇ ਉਹ ਚੀਜ਼ ਮੈਂ ਤੁਹਾਨੂੰ ਆਪਾਂ ਜਾ ਕੇ ਉੱਥੇ ਡਿਟੇਲ 'ਚ ਦੇਖਾਂਗੇ। ਬਾਕੀ ਰਾਹ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਨਾ, ਉਹ ਮੈਂ ਤੁਹਾਨੂੰ ਦੱਸਦਾ ਜਾਊਂਗਾ। ਫਿਲਹਾਲ ਆਹ ਸਾਰਾ ਡਰੈਕੁਲਾ ਦਾ ਜਿਹੜਾ ਬ੍ਰਾਂਡ ਦਾ ਏਰੀਆ ਹੀ ਆ, ਆ ਪਿੱਛੇ ਰਹਿ ਗਿਆ ਥੋੜ੍ਹਾ ਜਿਹਾ ਬ੍ਰਾਂਡ, 500 ਮੀਟਰ ਆ ਇੱਥੋਂ। ਅਤੇ ਆਹ ਸਾਰੀਆਂ ਚਰਚਾਂ ਵਗੈਰਾ ਵਾ, ਅਤੇ ਆਪਾਂ ਜਾਣਾ ਵਾ ਇੱਧਰ ਨੂੰ, ਅਤੇ ਅੱਜ ਦੇਖਦੇ ਹਾਂ ਕਿਸ ਤੱਕ ਪਹੁੰਚਦੇ, ਕਿਉਂਕਿ ਹੁਣ ਇੱਥੋਂ ਸਟਾਰਟ ਹੋ ਜਾਂਦਾ ਵਾ ਮਾਊਂਟੇਨ ਏਰੀਆ, ਪਹਾੜੀ ਏਰੀਆ ਸਾਰਾ ਹੀ, ਅਤੇ ਦੇਖਦੇ ਹਾਂ ਕਿੱਥੋਂ ਤੱਕ ਪਹੁੰਚ ਹੁੰਦਾ ਵਾ। ਫਿਰ ਜਾਂ ਟੈਂਟ ਲਾਵਾਂਗੇ, ਜਾਂ ਕੋਈ ਹੋਟਲ ਜਾਂ ਕੁਛ ਵੀ ਮਿਲਿਆ ਤਾਂ ਫਿਰ ਉੱਥੇ ਰੁਕਾਂਗੇ। ਫਿਲਹਾਲ ਹਜੇ ਆਪਾਂ ਸ਼ਾਮ ਤੱਕ ਇੱਦਾਂ ਹੀ ਆ, ਟਾਈਮ ਜਿਹੜਾ ਹੋ ਗਿਆ ਵਾ ਉਹ ਹੋ ਗਿਆ ਵਾ 9 ਦੇ ਕਰੀਬ ਹੋ ਗਿਆ ਸਵੇਰ ਦੇ, ਕਿਉਂਕਿ ਮੈਂ ਥੋੜ੍ਹਾ ਲੇਟ ਤੋਂ ਰਿਹਾ ਸੀ, ਮੈਂ ਥੋੜ੍ਹਾ ਜਿਹਾ ਕੰਮ ਕਰਨਾ ਸੀਗਾ, ਅਤੇ ਟਰਾਈ ਤਾਂ ਕੀਤੀ ਵੀ ਜਲਦੀ ਉੱਠਾਂ, ਫਿਰ ਵੀ 6:30-7 ਵੱਜ ਗਏ, ਅਤੇ 1-2 ਘੰਟੇ ਆਪਦਾ ਕੰਮ ਕਰਕੇ, ਅਤੇ ਫਿਰ ਹੁਣ ਆਪਾਂ ਤੁਰ ਪਏ ਅੱਗੇ ਨੂੰ। ਸੋ ਚੱਲਦੇ ਹਾਂ ਇਸ ਰਾਤ। ਇੱਧਰੋਂ ਆਪਾਂ ਆਏ ਸੀਗੇ ਸਾਰੇ ਮਾਊਂਟਨ, ਮਤਲਬ ਹੁਣ ਉੱਪਰ ਨੂੰ ਪਹਾੜ ਆ ਉੱਚੇ ਉੱਚੇ। CBU ਨੂੰ ਜੇ ਜਾਣਾ ਹੋਵੇ, ਜਾਂ CBU ਤੋਂ ਜਿਹੜਾ ਵਾ ਬਾਲੇ ਲੇਕ ਜਾਂ ਉਸ ਸਾਈਡ ਨੂੰ ਜਾਣਾ ਹੋਵੇ, ਤਾਂ 2 ਰੋਡ, ਇੱਕ ਤਾਂ ਆਹ ਰੋਡ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ, ਦੂਸਰਾ ਰੋਡ ਹੈਗਾ CBU ਵਾਲਾ। ਮਤਲਬ CBU ਵਾਲਾ ਰੋਡ ਫੱਗਾ ਰਸ ਤੋਂ ਜੇ ਤੁਸੀਂ ਜਦੋਂ CBU ਨੂੰ ਜਾਂਦੇ ਆ, ਅਤੇ ਰਾਹ ਦੇ ਵਿੱਚ ਇੱਕ ਸੱਜੇ ਹੱਥ ਨੂੰ ਰੋਡ ਮੁੜਦਾ ਵਾ, ਸੋਰੀ ਖੱਬੇ ਹੱਥ ਨੂੰ, ਉਹ ਰੋਡ ਸਿੱਧਾ ਜਿਹੜਾ ਵਾ ਬਾਲੇ ਲੇਕ ਨੂੰ, ਜਿਹੜੀ ਉੱਪਰ ਜਿੰਨੀਆਂ ਵੀ ਚੀਜ਼ਾਂ ਦੇਖਣ ਵਾਲੀਆਂ ਉੱਧਰ ਨੂੰ ਜਾਂਦਾ ਵਾ। ਬਟ ਉਹਦੇ 'ਚ ਪ੍ਰੋਬਲਮ ਕੀ ਆ, ਉਹ ਇੱਕਦਮ ਸਿੱਧਾ ਰੋਡ ਆ, ਸਾਈਕਲਿੰਗ ਬਹੁਤ ਔਖੀ ਆ, ਕਿਉਂਕਿ ਮੈਂ ਪਹਿਲਾਂ ਟਰਾਈ ਕੀਤੀ ਸੀਗੀ, ਅਤੇ ਜਿੱਦਾਂ ਦੇਖੋ ਇਹ ਘੁੰਮ ਘੁੰਮਾ ਕੇ ਜਾਣਾ ਵਾ ਇਹਨਾਂ ਨੇ, ਅਤੇ ਇਹਦਾ ਥੋੜ੍ਹਾ ਜਿਹਾ ਹੋ ਜਾਂਦਾ ਵਾ, ਪਰ ਉਹ ਤਾਂ ਬਹੁਤ ਔਖਾ ਵਾ। ਉਹ ਮੰਨ ਲਓ ਕਿ ਪੂਰੇ ਦਿਨ ਵਿੱਚ ਬੰਦਾ 5-7 ਕਿਲੋਮੀਟਰ ਹੀ ਜਾ ਸਕਦਾ ਵਾ, ਜਦਕਿ ਉੱਥੋਂ 20 ਕਿਲੋਮੀਟਰ ਜਾਂ 20 ਦੇ ਲਾਗੇ ਬੰਨੇ ਆ ਜਿਹੜੀ ਲੇਕ ਵਾ, ਜਾਂ ਜਿਹੜੀਆਂ ਉੱਥੇ ਚੀਜ਼ਾਂ ਦੇਖਣ ਵਾਲੀਆਂ। ਤਾਂ ਕਰਕੇ ਮੈਂ ਇਸ ਰਾਹ ਥਾਣੀ ਜਿਹੜਾ ਚੱਲਿਆ ਵਾਂ, 1 ਕਿਲੋਮੀਟਰ ਉੱਡੇ ਹੀ ਪੈਂਦੇ ਆ ਸਿਰਫ ਉਹਦੇ, ਤਾਂ ਉਹਦਾ ਅਤੇ ਇਹਦਾ 8-10 ਕਿਲੋਮੀਟਰ ਦਾ ਫਰਕ ਹੋਊਗਾ, ਬਟ ਇੱਧਰੋਂ ਸੌਖਾ ਵਾ। ਦੇਖੋ ਜੀ ਮੋਲ, ਉੱਧਰੋਂ ਆਏ ਆਪਾਂ, ਪਹਿਲਾਂ ਥੱਲੇ ਵਾਲਾ ਰੋਡ ਸੀਗਾ ਆਹ ਜਿਹੜਾ, ਫਿਰ ਇਹ ਤੋਂ ਬਾਅਦ 'ਚ ਆਹ ਰੋਡ, ਮਤਲਬ ਘੁੰਮ ਘੁੰਮ ਕੇ ਜਿਹੜਾ ਆ ਰਿਹਾ ਰੋਡ ਸੀਗਾ, ਅਤੇ ਇੱਧਰ ਰਹਿ ਗਿਆ ਬ੍ਰਾਂਡ, ਅਤੇ ਜਾਣਾ ਆਪਾਂ ਇੱਧਰ ਨੂੰ। ਆਹ ਜਿਹੜੇ ਘਰ ਆ ਨਾ, ਜਦੋਂ ਜੇ ਕੋਈ ਡਰੋਨ ਜਾਂ ਉੱਦਾਂ ਦੇਖੇ ਤਾਂ ਬਹੁਤ ਵਧੀਆ ਲੜੀ ਜੀ ਲੱਗਦੀ ਹੈ, ਇਹ ਘਰਾਂ ਦੀ ਬਹੁਤ ਸੋਹਣੇ ਲੱਗਦੇ ਹੈ। ਅਤੇ ਫਿਲਹਾਲ ਆਪਾਂ ਇੱਧਰ ਨੂੰ ਜਾਣਾ, ਸਾਰਾ ਏਰੀਆ ਦੇਖਣ ਵਾਲਾ ਵਾ, ਉਹ ਪਹਾੜ ਆ ਜਿਹੜੇ ਉਹਨਾਂ 'ਚ ਵੀ ਬਹੁਤ ਵਧੀਆ ਚੀਜ਼ਾਂ ਦੇਖਣ ਵਾਲੀਆਂ, ਅਤੇ ਹੁਣ ਆਪਾਂ ਚੱਲਦੇ ਹਾਂ ਇੱਧਰ ਨੂੰ। ਇਹ ਆ ਜੀ ਫੰਡਾਟਾ ਦਾ ਏਰੀਆ, ਇੱਧਰੋਂ ਆਪਾਂ ਆਏ ਹਾਂ, ਇੱਧਰ ਨੂੰ ਜਾਣਾ ਵਾ, ਇੱਧਰ ਦੀ ਮਾਊਂਟੇਨ ਸਾਰੇ ਲੰਘ ਕੇ ਫਿਰ ਆਪਾਂ ਜਾਣਾ ਵਾ। ਬਟ ਹੁਣ ਸਾਈਕਲ ਆਪਣਾ ਹੋ ਗਿਆ ਪੈਂਚਰ, ਹੁਣ ਇਹਦਾ ਪੈਂਚਰ ਲਾਉਂਦੇ ਹਾਂ, ਪਹਿਲਾਂ ਕੈਲਕੁਲ ਜੀ ਵੜ ਗਈ, ਕਿਉਂਕਿ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਨਾ, ਉਹਦੇ ਕਰਕੇ ਸਟੀਲ ਦੀਆਂ ਤਾਰਾਂ ਤੂਰਾਂ ਖੁੱਲਾਂ ਖੁੱਲਾਂ ਜਾਂ ਕਾਫੀਆਂ ਜਿਹੜੀਆਂ ਖਿਲ ਰਹੀਆਂ ਪਈਆਂ, ਅਤੇ ਉਹਦੇ ਤੋਂ ਬਾਅਦ 'ਚ ਫਿਰ ਅੱਗੇ ਨੂੰ ਤੁਰਦੇ ਹਾਂ। ਅਤੇ ਫਾਈਨਲੀ ਪੈਂਚਰ ਵਾਲਾ ਕੰਮ ਹੋ ਗਿਆ, ਮੇਰੇ ਕੋਲ ਸਮਾਨ ਨਹੀਂ ਸੀ ਪੂਰਾ, ਅਤੇ ਆਹ ਘਰ 'ਚ ਗਿਆ ਇਹਨਾਂ ਦਾ ਰੈਸਟੋਰੈਂਟ, ਅਤੇ ਉਹਨਾਂ ਦਾ ਘਰ ਇਹਨਾਂ ਨੇ ਮੈਨੂੰ ਦਿੱਤਾ, ਜਦੋਂ ਇੱਕ ਗੂੰਦ ਜੀ ਨਹੀਂ ਹੁੰਦੀ ਜਿਹੜੀ ਪੈਂਚਰ ਲਾਉਣ ਵਾਲੀ ਹੁੰਦੀ, ਉਹ ਮੇਰੇ ਕੋਲ ਹੈ ਨਹੀਂ ਸੀ, ਉਹ ਇਹਨਾਂ ਨੇ ਦੇ ਦਿੱਤੀ, ਅਤੇ ਟਾਈਮ ਆਪਣਾ ਚੱਲ ਗਿਆ। ਹੁਣ ਦੇਖਦੇ ਹਾਂ ਕਿੱਥੇ ਜਾ ਕੇ ਗੱਲ ਬਣਦੀ, ਕਿਤੇ ਦੁਕਾਨ ਮਿਲਦੀ ਹੈ ਮੂਹਰੇ, ਫਿਰ ਉੱਥੋਂ ਲਾ ਕੇ ਨਿਕਲਾਂਗੇ।
ਦੇ ਅੱਜ ਟਾਇਰ ਡੁੱਬੂ ਜਾਂ ਨਵਾਂ ਚਾੜ ਦੇਵਾਂਗੇ, ਕੁਛ ਨਾ ਕੁਛ ਕਰਦੇ ਹਾਂ ਫਿਲਹਾਲ। ਹੁਣ ਟਾਈਮ ਟਪਾਊ ਕੰਮ ਹੋ ਗਿਆ, ਦੇਖੋ ਕਦ ਕਿੱਥੇ ਤੱਕ ਚੱਲਦਾ ਵਾ। ਬੂੰਦਗਾਂ ਜੀ ਇੱਦਾਂ ਦੀ ਮਿਲੀ ਆ, ਬਾਕੀ ਆ ਏਰੀਆ ਸੋਹਣਾ ਬਹੁਤ ਜਿੰਨਾ ਵੀ ਹੈਗਾ। ਅਤੇ ਹੁਣ ਚੱਲਦੇ ਹਾਂ ਅੱਗੇ ਨੂੰ, ਬਾਕੀ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਾ ਵੀ ਮਾਹੌਲ। ਟਾਈਮ ਵੱਜ ਗਿਆ ਇੱਕ, ਅਤੇ ਆਹ ਦੇਖ ਲਓ ਜੀ ਗਾਵਾਂ ਸਾਰੀਆਂ ਦੇ ਗਲਾਂ 'ਚ ਟੱਲੀਆਂ ਤਾਂ ਵੱਜੀ ਜਾਂਦੀਆਂ, ਟਨ 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 ਹੋ ਜਾਂਦੀਆਂ, ਕਿਸੇ ਦੇ ਗਵਾਚਣ ਦੀ ਕੋਈ ਗੁੰਜਾਇਸ਼ ਨਹੀਂ। ਅਤੇ ਆਹ ਪਹਾੜ ਆ ਸਾਰੇ ਇੱਧਰੋਂ ਇਸ ਏਰੀਏ ਵੱਲੋਂ ਪਾਏ ਆ, ਅਤੇ ਜਿਹੜੇ ਉੱਚੇ ਪਹਾੜ ਸੀਗੇ ਰਹਿ ਗਏ ਪਿੱਛੇ, ਹੁਣ ਤਕਰੀਬਨ ਠੀਕ ਠਾਕ ਜਿਹਾ ਹੀ ਆ। ਮੈਨੂੰ ਲੱਗਦਾ ਸੀਗਾ ਕਿ ਮੈਂ ਗਲਤੀ ਕਰ ਲਈ ਇੱਧਰ ਦੀ, ਆ ਕੇ ਮੈਨੂੰ ਉੱਧਰ ਦੀ ਆਉਣਾ ਚਾਹੀਦਾ ਸੀ, ਪਰ ਨਹੀਂ, ਹੁਣ ਥੱਲੇ ਨੂੰ ਆ ਜਾ ਰਹੇ। ਔਰ ਇੱਕ ਹੁਣ ਸ਼ਹਿਰ ਆਉਣਾ ਵਾ 20 ਕਿਲੋਮੀਟਰ, ਅਤੇ ਉੱਥੇ ਰੁਕਾਂਗੇ, ਰੋਟੀ ਰਾਟੀ ਖਾਵਾਂਗੇ, ਉੱਥੋਂ ਫਿਰ ਅਰਗਸ, ਇੱਕ ਅਰਗਸ ਸ਼ਹਿਰ ਆ ਹੋਰ ਉੱਥੇ, ਤੋਂ ਉੱਥੋਂ ਫਿਰ ਬਾਲੇ ਲੇਕ ਪੈਂਦੀ ਆ, ਮਤਲਬ ਕੱਲ੍ਹ ਨੂੰ ਆਪਾਂ ਬਾਲੇ ਲੇਕ ਪਹੁੰਚ ਜਾਵਾਂਗੇ ਮੇਰੇ ਹਿਸਾਬ ਦੇ ਨਾਲ। ਅਤੇ ਬਾਕੀ ਮੌਸਮ ਇੱਦਾਂ ਦਾ, ਆਹ ਦੇਖ ਲਓ ਗੱਡੀਆਂ ਦੀ ਆਵਾਜ਼ ਵੂਜ਼ ਕਾਫ਼ੀ ਆਉਂਦੀ ਹੋਣੀ ਵੀਡੀਓ 'ਚ, ਉਹਦੇ ਵਾਸਤੇ ਸੋਰੀ, ਕਿ ਕੈਮਰੇ ਵਾਲਾ ਆਪਣਾ ਜੇ ਮੈਂ ਮੈਕ ਲਾਵਾਂ ਅਤੇ ਮੈਕ ਦਾ ਥੋੜ੍ਹਾ ਜਿਹਾ ਕੰਮ ਉਲਟ ਹੋ ਜਾਂਦਾ ਵਾ ਸਾਈਕਲ ਦੇ ਉੱਤੇ, ਪਰ ਮੈਂ ਟਰਾਈ ਕਰੂੰਗਾ ਅਗਲੀ ਵੀਡੀਓ ਦੇ ਵਿੱਚ ਜਿਹੜਾ ਵਾ ਮੈਕ ਮੂਕ ਜਿਹੜਾ ਵਾ ਮੈਕ ਨੂੰ ਫਿਰ ਔਨ ਕਰਨਾ ਪੈਂਦਾ, ਫਿਰ ਰੋਣਾ ਪੈਂਦਾ ਵਾ, ਤਾਂ ਕਰਕੇ ਮੈਂ ਮੈਕ ਦੀ ਕਾਲ ਕਰਦਾ ਮੈਂ ਹੁਣ। ਬਾਕੀ ਖਿੱਚੀ ਆਉਂਦੇ ਆ ਮੋਟਰਸਾਈਕਲਾਂ ਵਾਲੇ ਵੀ, ਕਿਹੜੇ ਕਿਹੜੇ ਵੱਡੇ ਵੇਖ ਲਓ ਕੁੱਤੇ ਆ। ਸ਼ਹਿਰ ਆ, ਇਸ ਸ਼ਹਿਰ 'ਚ ਰੁਕਾਂਗੇ, ਇੱਥੇ ਰੋਟੀ ਰਾਟੀ ਖਾ ਕੇ ਫਿਰ ਇੱਥੋਂ ਲੰਘਾਂਗੇ, ਆਹ ਰੋਡ ਜਾਂਦਾ ਸਿੱਧਾ ਹੀ, ਆਹ ਜਿਹੜੇ ਇਹ ਸਿੱਧਾ ਹੀ ਫਿਰ ਅੱਗੇ ਇੱਕ ਸ਼ਹਿਰ ਆਉਣਾ ਉੱਥੇ, ਤਾਂ ਉੱਥੋਂ ਫਿਰ ਰਹਿ ਜਾਣਾ ਆਪਣਾ ਕੋਈ 50 ਕਿਲੋਮੀਟਰ, ਯਾਨੀ ਹਜੇ ਟਾਈਮ ਹੈਗਾ ਆਪਣੇ ਕੋਲ 1 ਵਜਾ ਵਾ, ਅਤੇ ਦਿਨ ਜਿਹੜਾ ਮਤਲਬ 8 ਵਜੇ ਤੱਕ ਰਹਿੰਦਾ ਵਾ, 8 ਵਜੇ ਤੋਂ ਬਾਅਦ ਥੋੜ੍ਹਾ ਜਿਹਾ ਆਉਣਾ ਹੁੰਦਾ ਸਟਾਰਟ, 8 ਵਜੇ ਤੱਕ ਯਾਨੀ ਸਾਈਕਲ ਚਲਾ ਸਕਦੇ ਹਾਂ। ਅਤੇ ਬਾਕੀ ਆਹ ਦੇਖ ਲਓ ਮਾਹੌਲ ਇੱਦਾਂ ਦਾ, ਸਾਰੇ ਪਹਾੜ ਇੰਨੇ ਸੋਹਣੇ, ਅਤੇ ਇੱਦਾਂ ਦੀਆਂ ਦੁਕਾਨਾਂ ਤੁਹਾਨੂੰ ਬਹੁਤ ਮਿਲ ਜਾਣਗੀਆਂ ਜਿੱਥੇ ਸ਼ਾਇਦ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ, ਜੂਸ ਵਗੈਰਾ ਜਿਹੜੇ ਆ ਮਤਲਬ ਗੱਡੀਆਂ ਜਿਹੀਆਂ ਵਿੱਚ ਇਹਨਾਂ ਨੇ ਰੱਖੇ ਆ, ਇਹ ਤੁਹਾਨੂੰ ਕਾਫ਼ੀ ਇੱਥੇ ਰੋਡ ਦੇ ਉੱਤੇ ਮਿਲ ਜਾਣੀ, ਕਿਉਂਕਿ ਪਿੰਡਾਂ ਵਾਲੇ ਰੋਡ ਆ, ਮਾਊਂਟੇਨ ਰੋਡ ਆ, ਅਤੇ ਆਪਣੇ ਚੀਜ਼ਾਂ ਜਿਹੜੀਆਂ ਇੱਥੇ ਹੈਗੀਆਂ। ਫਿਲਹਾਲ ਆਪਾਂ ਉਹ ਥੱਲੇ ਚੱਲਦੇ ਹਾਂ ਸ਼ਹਿਰ 'ਚ, 10 ਜਾਂ 15 ਮਿੰਟ ਨੇ ਪਹੁੰਚ ਜਾਣਾ, ਕਿਉਂਕਿ ਥੱਲੇ ਨੂੰ ਹੁਣ ਸਾਡਾ ਮਤਲਬ ਉਤਰਨਾ ਹੀ ਆਪਾਂ, ਅਤੇ ਉੱਥੇ ਜਾ ਕੇ ਕੁਛ ਖਾਵਾਂਗੇ ਫਿਰ ਉੱਥੋਂ ਅੱਗੇ ਨੂੰ ਤੁਰਾਂਗੇ। ਹਾਂ ਇੱਕ ਆਪਾਂ ਨੂੰ ਰੈਸਟੋਰੈਂਟ ਜਿਹਾ ਮਿਲਿਆ ਵਾ ਰਾਹ ਦੇ ਵਿੱਚ, ਇੱਧਰੋਂ ਆਪਾਂ ਆਏ ਸੀਗੇ, ਅਤੇ ਇੱਥੇ ਹੁਣ ਖਾਂਦੇ ਹਾਂ ਕੁਛ, ਆ ਕੇ ਫਿਰ ਨਿਕਲਦੇ ਹਾਂ ਅੱਗੇ। ਆ ਇੱਥੇ ਇੱਕ ਮਿਊਜ਼ੀਅਮ ਆ, ਉਹ ਵਰਲਡ ਵਾਰ ਜਿਹੜੀ ਫਸਟ ਹੋਈ ਸੀ ਪਹਿਲੀ, ਉਹਦਾ ਕੋਈ ਸਮਾਨ ਸਮੂਨ ਪਿਆ ਵਾ ਇੱਥੇ, ਜਿਹੜਾ ਖੁੱਲ੍ਹਾ ਹੋਇਆ ਤਾਂ ਫਿਰ ਤੁਹਾਨੂੰ ਦਿਖਾਵਾਂਗੇ। ਅਤੇ ਆਪਾਂ ਜਾਣਾ ਉਹ ਸਿਟੀ, ਉਹ ਸਿਟੀ ਤੋਂ ਫਿਰ ਸਿੱਧਾ ਹੀ ਕੱਲ੍ਹ ਨੂੰ ਬਾਲੇ ਲੇਕ ਅਤੇ ਹੋਰ ਜਿੰਨੀਆਂ ਵੀ ਉੱਥੇ ਚੀਜ਼ਾਂ ਸਾਰੀਆਂ ਉੱਥੇ ਦੇਖਾਂਗੇ। ਫਿਲਹਾਲ ਚੱਲਦੇ ਹਾਂ ਇੱਥੇ ਉੱਤੇ, ਜੇ ਤਾਂ ਗੱਲ ਬਣਦੀ ਹੋਈ। ਟਾਈਮ ਹੋ ਗਿਆ ਵਾ ਤਕਰੀਬਨ 5:30-6 ਵੱਜ ਗਏ, ਧੁੱਪਾਂ ਤਾਪਾਂ ਜੀ ਇਹਨਾਂ ਦੀਆਂ ਪਈਆਂ, ਕਿ ਉੱਪਰ ਦੇਖਦੇ ਹਾਂ ਜਾ ਕੇ ਹੈ ਕੁਛ ਕਿ ਨਹੀਂ। ਬਾਕੀ ਉਹ
ਆਹ ਵੇਖੋ ਆ ਸਾਰੇ ਇਹਨਾਂ ਨੇ ਪੱਥਰ ਦੀਆਂ ਬਣਾਈਆਂ ਵੀ ਫੌਜ ਜਿੰਨੀ ਵੀ ਹੈਗੀ ਉਹ, ਅਤੇ ਲਿਖਿਆ ਵੀ ਹੈਗਾ ਅਰਮੇਨੀਅਨ 'ਚ ਲਿਖਿਆ ਵਾ, ਆਪਾਂ ਨੂੰ ਕੋਈ ਡੀ ਆਉਂਦੀ ਨਹੀਂ ਹੈਗੀ ਇੱਧਰ ਵੀ। ਅਤੇ 1916 ਤੋਂ 1918 ਤੱਕ ਦਾ ਜੋ ਵੀ ਸੀਗਾ ਹਿਸਟਰੀ ਦਾ ਸਿਸਟਮ ਉਹ ਸ਼ਾਇਦ ਇਹਨਾਂ ਨੇ ਦਿਖਾਇਆ ਵਾ। ਅਤੇ ਉੱਪਰ ਲਿਖਿਆ ਇਹ ਬੰਦ ਆ, ਅਤੇ ਹੁਣ ਆਪਾਂ ਚੱਲੀਏ ਥੱਲੇ ਨੂੰ ਅਤੇ ਨਿਕਲੀਏ। ਅੱਜ ਦਿਨ ਕਾਫੀ ਪਿਆ ਵਾ, 8 ਵਜੇ ਤੱਕ ਵੀ ਮਤਲਬ ਜੇ ਪਹੁੰਚ ਜਾਈਏ ਅਰਗਸ, ਅਤੇ ਅਰਗਸ ਤੋਂ ਫਿਰ ਥੋੜ੍ਹਾ ਹੀ ਅੱਗੇ, ਅਤੇ ਉੱਥੋਂ ਫਿਰ ਆਪਾਂ ਸਿੱਧਾ ਨਿਕਲ ਜਾਣਾ ਵਾ ਸੀਬੀਓ ਨੂੰ। ਸੀਬੀਓ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇਖਣ ਵਾਲੀਆਂ, ਸਿਟੀ ਦੇ ਵਿੱਚ ਨਹੀਂ ਹੈਗੀਆਂ ਬਟ ਸਿਟੀ ਤੋਂ ਬਾਹਰ ਕੁਝ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਵਾ, ਜਿਹੜੀਆਂ ਮੈਂ ਵੀ ਫਸਟ ਟਾਈਮ ਦੇਖਣੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਫਿਲਹਾਲ ਹੁਣ ਆਪਾਂ ਚੱਲਦੇ ਹਾਂ ਅਰਗਸ ਵੱਲ ਨੂੰ। ਉਰੇ ਉਹ ਖੜ੍ਹੇ ਕੰਨ ਵਾਲਾ ਵੀ ਦੇਖੀ ਜਾਂਦਾ, ਟ੍ਰੈਫਿਕ ਹੀ ਨਹੀਂ ਹਟਣ ਡਈ, ਗੱਡੀ ਦੀ ਗੱਡੀ ਚੜ੍ਹੀ ਆ, ਟਰੱਕ ਕਾਰਾਂ ਬੱਸਾਂ, ਸਾਡੀ ਵਾਰੀ ਨਹੀਂ ਆਉਣੀ ਲੱਗਦਾ। ਰਾਤੀ ਧੂੜ ਹੀ ਧੂੜ, ਲੰਘ ਚੱਲੋ ਵੀ ਲੰਘ ਚੱਲੋ ਸ਼ੁਰੂ।
ਹਾਂਜੀ, ਅੱਜ ਜਿੱਥੇ ਰੁਕੇ ਆਪਾਂ ਉਸ ਸਿਟੀ ਦਾ ਨਾਂ ਹੈ ਕੰਪਲੂੰਗ। ਅਰਗਸ ਤੋਂ ਪਹਿਲਾਂ ਹੁੰਦੀ ਹੈ ਤਕਰੀਬਨ 30-35 ਕਿਲੋਮੀਟਰ, ਅਤੇ ਇਹ ਤੋਂ ਬਾਅਦ 'ਚ ਅਰਗਸ ਆਉਣਾ, ਅਤੇ ਅਰਗਸ ਤੋਂ ਫਿਰ ਸਿੱਧੇ ਆਪਾਂ ਚੱਲਾਂਗੇ ਜਿਹੜੀਆਂ ਉੱਥੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖਣ ਵਾਲੀਆਂ, ਬਾਲੇ ਲੇਕ ਹੋ ਗਿਆ, ਫਿਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉੱਥੇ ਦੇਖਣ ਵਾਲੀਆਂ ਵਾ ਉਹ ਤੁਹਾਨੂੰ ਦਿਖਾਵਾਂਗੇ। ਫਿਲਹਾਲ ਆ ਸਟਰੀਟ ਬਣਦੀ ਪਈ ਆ, ਇਸ ਸਾਈਡ ਤੋਂ ਬਣਦੀ ਪਈ ਆ, ਬਹੁਤ ਸੋਹਣੀ ਆ ਸਟਰੀਟ, ਅਤੇ ਬੈਠਣ ਬੂਠਣ ਨੂੰ ਵੀ ਕਾਫੀ ਆ ਦੇਖੋ ਬਣੇ ਆ। ਅਤੇ ਆਪਾਂ ਜੇ ਰੁਕੇ ਹਾਂ ਜਿੱਥੇ ਉਹ ਲਾਈਟ ਜਗਦੀ ਪਈ ਆ, ਆ ਜਿਹੜੀ ਇਹਦੇ ਲਾਗੇ ਇੱਕ ਹੈਗਾ ਵਾ ਹੋਟਲ ਜਿਹਾ, ਅਤੇ ਉੱਥੇ ਰੁਕੇ ਹਾਂ ਫਿਲਹਾਲ। ਹੁਣ ਮੈਂ ਦੇਖਦਾ ਮੈਂ ਕੋਈ ਮਾਰਕੀਟ ਪਾਣੀ ਪੂਣੀ ਲੈ ਕੇ ਆਉਂਦੇ ਜਾਂ ਕੋਈ ਚੀਜ਼ ਖਾਣ ਨੂੰ ਲੈ ਕੇ ਆਉਂਦੇ, ਉਹ ਤੋਂ ਬਾਅਦ ਵੀ ਸੌਵਾਂਗੇ ਸਵੇਰ ਨੂੰ, ਫਿਰ ਨਿਕਲਾਂਗੇ ਟਾਈਮ ਨਾਲ ਹੀ। ਆਹ ਦੇਖੋ ਆਹ ਚੱਲਦਾ ਵਾ ਇੱਥੇ ਕੰਮ, ਅਤੇ ਆਹ ਹਿਸਟੋਰੀਕਲ ਬਿਲਡਿੰਗਾਂ ਵਗੈਰਾ ਇੱਥੇ, ਫਿਰ ਵਾਪਸ ਜਾਣਾ ਆਪਣਾ ਗਰੋਸਰੀ ਉਸ ਸਾਈਡ 'ਤੇ, ਅਤੇ ਉੱਧਰ ਨੂੰ ਚੱਲਦੇ ਹਾਂ ਆਪਾਂ ਫਿਲਹਾਲ। ਬਾਕੀ ਦੇਖਣ ਵਾਲਾ ਇੱਥੇ ਠੀਕ ਠਾਕ ਹੀ ਆ, ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਉਣੀਆਂ ਜਾਂ ਦੇਖਣੀਆਂ ਮੈਂ ਜ਼ਿਆਦਾਤਰ ਉਹਨਾਂ 'ਤੇ ਫੋਕਸ ਕਰ ਦਿੰਦਾ, ਬਾਕੀ ਜਿੱਥੇ ਰੁਕ ਜਾਈਦਾ ਫਿਰ ਉੱਥੇ ਦਿਖਾ ਦੇਈਦਾ ਵੀ ਕੀ ਹਿਸਾਬ ਕਿਤਾਬ, ਹੈ ਨਾ, ਕਿਹੜੀ ਕਿਹੜੀ ਚੀਜ਼ ਹੈ ਇੱਥੇ ਆ ਚੱਕਰ। ਅਤੇ ਫਿਲਹਾਲ ਰੈਸਟੋਰੈਂਟ ਵਗੈਰਾ ਹੈਗੇ ਇੱਥੇ ਕਾਫੀ,